ਸ਼੍ਰੀਕਾਲ ਦੋਸਤੋ, ਮੈਂ ਸਨੇਹਾ ਦਾ ਵੀਜ਼ਾ ਆਫਿਸ ਤੋਂ ਇੱਕ ਵਾਰ ਫਿਰ ਹਾਜ਼ਰ ਹੋਈ ਹਾਂ ਕੈਨੇਡਾ ਸਟੱਡੀ ਵੀਜ਼ਾ 2024 ਦੀਆਂ ਲੇਟੈਸਟ ਅਪਡੇਟਸ ਲੈ ਕੇ। ਸੋ ਇਸ ਮੰਚ ਦੇ ਥਰੂ ਮੇਰੀ ਪੂਰੀ ਕੋਸ਼ਿਸ਼ ਹੁੰਦੀ ਆ ਜੋ ਵੀ ਲੇਟੈਸਟ ਅਪਡੇਟ ਆਵੇ ਮੈਂ ਤੁਹਾਡੇ ਤੱਕ ਪ੍ਰੋਵਾਈਡ ਕਰਵਾਵਾਂ। ਸੋ ਕੈਨੇਡਾ ਦਾ ਟ੍ਰੈਂਡ ਇਸ ਟਾਈਮ ਬਹੁਤ ਹੀ ਪੋਜ਼ਿਟਿਵ ਚੱਲ ਰਿਹਾ। ਉਹਨੇ ਪੂਰੇ ਆਪਣੇ ਰਿਕਾਰਡਸ ਬ੍ਰੇਕ ਕਰਤੇ। ਅਗਰ ਆਪਾਂ ਪਹਿਲੇ ਦੇਖੀਏ, ਕਦੀ ਵੀ ਕੈਨੇਡਾ ਇੰਨਾ ਲੀਨੀਅੰਟ ਨਹੀਂ ਸੀ। ਸੋ ਕਿਹੜੇ ਸਟੂਡੈਂਟਸ ਇਸ ਚਾਂਸ ਨੂੰ ਮਿਸ ਨਾ ਕਰਨ? ਸਭ ਤੋਂ ਪਹਿਲੇ ਜਿਹਨਾਂ ਦੀ ਪ੍ਰੋਫਾਈਲ ਲੋ ਹੈਗੀ ਆ, ਕਿਉਂਕਿ ਕਦੀ ਵੀ ਜਿਹਨਾਂ ਦੇ ਪਰਸੈਂਟੇਜ ਘੱਟ ਹੁੰਦੇ ਸੀ ਅਕੈਡੈਮਿਕ 'ਚ, ਉਹਨਾਂ ਦਾ ਵੀਜ਼ਾ ਨਹੀਂ ਆਉਂਦਾ ਸੀ। ਈਵਨ ਕਿ ਕੋਰ ਸਬਜੈਕਟਸ ਦੇ ਵਿੱਚ ਵੀ 60% ਅਸੀਂ ਕੰਸਰਨ ਕਰਦੇ ਸੀਗੇ। ਸੋ ਪ੍ਰੈਜੈਂਟਲੀ ਕੋਈ ਵੀ ਇਸ ਚੀਜ਼ ਨੂੰ ਮੈਟਰ ਨਹੀਂ ਹੋ ਰਿਹਾ ਵਾ। ਐਂਡ ਸੈਕਿੰਡ ਚੀਜ਼, ਆਪਾਂ ਉਹਨਾਂ ਲਈ ਜਿਹੜੇ ਆਪਣੇ ਫੰਡਸ ਨਹੀਂ ਸ਼ੋ ਕਰ ਸਕਦੇ ਸੀਗੇ, ਕਿਉਂਕਿ ਅੱਗੇ ਆਪਾਂ ਕੀ ਕਰਦੇ ਸੀ, ਚਾਹੇ ਨਿਊ SDS ਦੇ ਵਿੱਚ ਫਾਈਲ ਲਗਾਉਂਦੇ ਸੀਗੇ ਬਟ ਆਪਾਂ ਫੰਡਸ ਨਾਲ ਲਗਾਉਂਦੇ ਸੀਗੇ, ਬਟ ਹੁਣ ਉਹਦੀ ਵੀ ਜ਼ਰੂਰਤ ਨਹੀਂ ਹੈ ਕਿਉਂਕਿ ਆਲਰੇਡੀ ਅਸੀਂ GIC 2635 ਪੇ ਕਰ ਰਹੇ ਹਾਂ। ਉਹ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਗੈਪ ਵਾਲੇ ਸਟੂਡੈਂਟਸ ਲਈ। ਸੋ ਜਿਹਨਾਂ ਦਾ 7 ਤੋਂ 8 ਸਾਲ ਦਾ ਵੀ ਗੈਪ ਹੈਗਾ, ਉਹਨਾਂ ਦੇ ਵੀ ਵੀਜ਼ਾਸ ਇਸ ਟਾਈਮ ਬਹੁਤ ਵਧੀਆ ਆ ਰਿਹਾ। ਦੈਨ ਅਸੀਂ ਗੱਲ ਕਰਦੇ ਹਾਂ ਸਪਾਊਸ ਦੀ। ਸੋ ਸਪਾਊਸ ਦੇ ਕੇਸ ਦੇ ਵਿੱਚ ਵੀ ਜਦੋਂ ਅਸੀਂ ਪਹਿਲੇ ਫਾਈਲ ਲਗਾਉਂਦੇ ਸੀ, ਬਾਅਦ 'ਚੋਂ ਲਗਾਉਂਦੇ ਸੀਗੇ ਫਾਈਲ 6 ਮਹੀਨੇ ਜਦੋਂ ਮੇਨ ਐਪਲੀਕੈਂਟ ਸਟੂਡੈਂਟ ਉੱਥੇ ਚਲੇ ਜਾਂਦਾ ਸੀਗਾ, ਐਂਡ ਉਹ ਤੋਂ ਬਾਅਦ ਵੀ ਰਿਜ਼ਲਟਸ ਇੰਨੇ ਪੋਜ਼ਿਟਿਵ ਨਹੀਂ ਸੀ। ਹੁਣ ਇੱਕ ਹੋਰ ਇੰਨਾ ਵਧੀਆ ਸਪਾਊਸ ਵਾਸਤੇ ਹੈਗਾ ਕਿ ਸਪਾਊਸ ਨਾਲ ਫਾਈਲ ਲਗਾ ਰਹੇ ਆ ਔਰ ਉਹਦੇ ਰਿਜ਼ਲਟਸ ਵੀ ਪੋਜ਼ਿਟਿਵ ਹੈਗੇ। ਸੋ ਰਿਜ਼ਲਟਸ ਦੀ ਗੱਲ ਕਰੀਏ ਤਾਂ ਆਲ ਓਵਰ ਪੋਜ਼ਿਟਿਵ ਹੈਗੇ ਆ। ਆਇਲਸ ਦੀ ਗੱਲ ਕਰੀਏ ਤਾਂ ਆਲ ਓਵਰ 6, ਕਿਉਂਕਿ ਅੱਗੇ ਸਿਰਫ ਸਟੂਡੈਂਟ ਜਿਹੜਾ ਸੀਗਾ 5.51 ਮਡਿਊਲ ਦੇ ਵਿੱਚ ਉਹਦੇ ਆ ਜਾਂਦੇ ਸੀ, ਉਹਦੇ ਕਰਕੇ ਉਹਦਾ ਵੀਜ਼ਾ ਫਸੀ ਹੋ ਜਾਂਦਾ ਹੁੰਦਾ ਸੀ, ਉਹਨੂੰ SDS ਦੇ ਵਿੱਚ ਉਹ ਫਾਈਲ ਨਹੀਂ ਲਗਾ ਸਕਦਾ ਸੀ। ਸੋ ਉਹ ਵੀ ਲੀਨੀਅੰਟ ਆ। ਸੋ ਆਲ ਓਵਰ ਆਪਾਂ ਦੇਖਿਆ ਜਾਵੇ ਤਾਂ ਕੈਨੇਡਾ ਕਦੀ ਵੀ ਹਰ ਫੈਕਟਰ ਤੋਂ ਇੰਨਾ ਲੀਨੀਅੰਟ ਨਹੀਂ ਹੋਇਆ। ਬਸ ਇਟਸ ਅ ਰਾਈਟ ਟਾਈਮ, ਕਿਉਂਕਿ ਗੋਡ ਨੋਜ਼ ਕਿ ਅੱਗੇ ਟਾਈਮ ਆਉਂਦਾ। ਸੋ ਜਿਹੜਾ ਵੀ ਇਨਟੇਕ ਮਿਲਦਾ ਉਹਨੂੰ ਗ੍ਰੈਪ ਕਰ ਲਓ, ਚਾਹੇ ਉਹ ਮੇਅ ਇਨਟੇਕ ਹੈਗਾ ਵਾ, ਜੂਨ ਇਨਟੇਕ ਹੈਗਾ, ਸਪਟੈਂਬਰ ਇਨਟੇਕ ਹੈਗਾ। ਔਰ ਸਾਡੇ ਨਾਲ ਅਗਰ ਤੁਸੀਂ ਐਪਲੀਕੇਸ਼ਨਸ ਲਗਾਉਂਦੇ ਆ, ਤੁਹਾਡੇ ਕੋਲ ਸਾਰੇ ਦੇ ਸਾਰੇ ਪੈਸੇ ਵੀਜ਼ੇ ਤੋਂ ਬਾਅਦ ਦਿੱਤੇ ਜਾਣਗੇ। ਸੋ ਬੁੱਕ ਯੋਰ ਕਾਲ ਐਟ ਦਾ ਵੀਜ਼ਾ ਆਫਿਸ 90410 90410। ਸਤਿ ਸ਼੍ਰੀ ਅਕਾਲ।